ਸਤਿ ਸ਼੍ਰੀ ਅਕਾਲ ਫਰੈਂਡ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮੋਗਾ ਪੰਜਾਬੀ ਫੂਡ ਵਿੱਚ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਭਰਵਾਂ ਬੈਂਗਣ ਦੀ ਸਬਜ਼ੀ ਦੀ ਰੈਸਿਪੀ। ਭਰਵਾਂ ਬੈਂਗਣ ਬਣਾਉਣ ਲਈ ਮੈਂ ਲੈ ਰਹੀ ਹਾਂ ਅਚਾਰ ਬੈਂਗਣ ਨੇ, ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਹੈ। ਔਰ ਆਹ ਮੈਂ ਭਰਵਾਂ ਬੈਂਗਣਾਂ ਲਈ ਮਸਾਲਾ ਤਿਆਰ ਕਰ ਚੁੱਕੀ ਹਾਂ ਪਹਿਲਾਂ। ਇਸ ਦੇ ਵਿੱਚ ਮੈਂ ਪਾਇਆ ਟਮਾਟਰ, ਪਿਆਜ਼, ਥੋੜ੍ਹਾ ਜਿਹਾ ਅਦਰਕ ਔਰ ਨਮਕ, ਮਿਰਚ ਮਸਾਲਾ, ਹਲਦੀ ਵਗੈਰਾ ਔਰ ਭੁੰਨਿਆ ਹੋਇਆ ਜੀਰਾ, ਪਾਇਆ ਮੈਂ ਇਸ ਦੇ ਵਿੱਚ। ਔਰ ਇਹ ਮਸਾਲਾ ਮੈਂ ਤਿਆਰ ਕਰ ਚੁੱਕੀ ਹਾਂ। ਆ ਬੈਂਗਣ ਥੋੜ੍ਹੇ ਵੱਡੇ ਨੇ ਔਰ ਇਹਨਾਂ ਨੂੰ ਮੈਂ ਸੈਂਟਰ ਵਿੱਚੋਂ ਕੱਟ ਕੇ ਛੋਟੇ ਕਰ ਲਵਾਂਗੀ। ਇਹਨਾਂ ਦੇ ਆਪਾਂ ਦੋ ਦੋ ਪੀਸ ਕਰ ਲਵਾਂਗੇ, ਕਿਉਂਕਿ ਮੈਨੂੰ ਛੋਟੇ ਬੈਂਗਣ ਨਹੀਂ ਸੀ ਮਿਲੇ ਔਰ ਮੈਂ ਵੱਡਿਆਂ ਨਾਲ ਹੀ ਸਬਜ਼ੀ ਬਣਾਉਣ ਲੱਗੀ ਸੀ। ਬੈਂਗਣ ਮੈਂ ਕੱਟ ਚੁੱਕੀ ਹਾਂ, ਹੁਣ ਆਪਾਂ ਇਹਨਾਂ ਨੂੰ ਵਿੱਚੋਂ ਕੱਟਾਂਗੇ ਭਰਨ ਲਈ। ਇਹਨਾਂ ਦੇ ਵਿੱਚ ਮੈਂ ਦੋ ਦੋ ਕੱਟ ਲਗਾਵਾਂਗੀ ਔਰ ਵਿੱਚੋਂ ਆਪਾਂ ਚੈੱਕ ਵੀ ਕਰਦੇ ਰਹਾਂਗੇ ਕਿ ਆਪਣੇ ਬੈਂਗਣ ਵਿੱਚੋਂ ਕਾਣੇ ਨਾ ਹੋਣ ਜਾਂ ਖਰਾਬ ਨਾ ਹੋਣ। ਇਹਨਾਂ ਸਾਰੇ ਬੈਂਗਣਾਂ ਨੂੰ ਆਪਾਂ ਕੱਟ ਲਵਾਂਗੇ, ਦੋ ਦੋ ਕੱਟ ਲਗਾ ਦੇਵਾਂਗੇ ਇਸ ਦੇ ਵਿੱਚ ਔਰ ਚੈੱਕ ਵੀ ਕਰੀ ਜਾਵਾਂਗੇ। ਹਾਂਜੀ, ਦੇਖੋ ਫਰੈਂਡਸ, ਆ ਮੈਂ ਸਾਰੇ ਬੈਂਗਣ ਕੱਟ ਚੁੱਕੀ ਹਾਂ, ਇਹਨਾਂ ਦੇ ਵਿੱਚ ਮੈਂ ਕੱਟ ਲਾ ਲਏ ਨੇ। ਹੁਣ ਆਪਾਂ ਇਸ ਦੇ ਵਿੱਚ ਆ ਮਸਾਲਾ ਭਰਾਂਗੇ। ਤੁਸੀਂ ਚਾਹੋ ਮਸਾਲਾ ਪਹਿਲਾਂ ਭੁੰਨ ਕੇ ਵੀ ਭਰ ਸਕਦੇ ਹੋ, ਪਹਿਲਾਂ ਵੀ ਮਸਾਲੇ ਨੂੰ ਥੋੜ੍ਹਾ ਜਿਹਾ ਭੁੰਨ ਕੇ ਫਿਰ ਵੀ ਭਰ ਸਕਦੇ ਹਾਂ, ਲੇਕਿਨ ਮੈਂ ਡਾਇਰੈਕਟ ਹੀ ਭਰਨ ਲੱਗੀ ਹਾਂ। ਆਪਾਂ ਇੱਦਾਂ ਬੈਂਗਣ ਨੂੰ ਚੰਗੀ ਤਰ੍ਹਾਂ ਖਿਲਾਰ ਕੇ ਔਰ ਇਸ ਦੇ ਵਿੱਚ ਮਸਾਲਾ ਭਰ ਦੇਵਾਂਗੇ। ਸਾਰੇ ਬੈਂਗਣਾਂ ਦੇ ਵਿੱਚ ਮਸਾਲਾ ਭਰ ਦੇਵਾਂਗੇ। ਜਿਵੇਂ ਕਿੱਦਾਂ ਆਪਣੇ ਪਰਿਵਾਰ ਵਿੱਚ ਕਈਆਂ ਨੂੰ ਬੈਂਗਣ ਦੀ ਸਬਜ਼ੀ ਨਹੀਂ ਪਸੰਦ ਹੁੰਦੀ, ਤਾਂ ਫਿਰ ਆਪਾਂ ਭਰਵਾਂ ਬੈਂਗਣ ਬਣਾ ਸਕਦੇ ਹਾਂ, ਕਿਉਂਕਿ ਭਰਵਾਂ ਬੈਂਗਣ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਔਰ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਅਗਰ ਕੋਈ ਨਹੀਂ ਵੀ ਪਸੰਦ ਕਰਦਾ, ਜਿਵੇਂ ਸਿੰਪਲ ਬੈਂਗਣ, ਆਲੂ ਬੈਂਗਣ ਵਗੈਰਾ ਆਪਾਂ ਬਣਾਉਂਦੇ ਹਾਂ, ਅਗਰ ਕੋਈ ਨਹੀਂ ਖਾਣਾ ਪਸੰਦ ਕਰਦਾ ਤਾਂ ਉਹਨੂੰ ਭਰਵਾਂ ਬੈਂਗਣ ਬਣਾ ਕੇ ਦਿਓ ਔਰ ਉਹਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ। ਕੀ ਕਰਦੇ ਤੁਸੀਂ? ਦੇਖੋ ਫਰੈਂਡਸ, ਮੈਂ ਸਾਰੀ ਫਿਲਿੰਗ ਭਰ ਚੁੱਕੀ ਹਾਂ ਇਸ ਦੇ ਵਿੱਚ। ਹੁਣ ਆਪਾਂ ਗੈਸ ਦੇ ਉੱਪਰ ਕੜਾਹੀ ਰੱਖਾਂਗੇ ਔਰ ਉਸ ਦੇ ਵਿੱਚ ਤੇਲ ਪਾਵਾਂਗੇ। ਪਹਿਲਾਂ ਮੈਂ ਥੋੜ੍ਹਾ ਜਿਹਾ ਤੇਲ ਪਾਇਆ ਸੀ, ਮੈਨੂੰ ਘੱਟ ਲੱਗਿਆ ਔਰ ਮੈਂ ਹੋਰ ਥੋੜ੍ਹਾ ਜਿਹਾ ਪਾ ਲਿਆ। ਔਰ ਹੁਣ ਆਪਾਂ ਇਸ ਤੇਲ ਨੂੰ ਗਰਮ ਹੋਣ ਦੇਵਾਂਗੇ
ਉਨੀ ਦੇਰ ਆਪਾਂ ਵੇਟ ਕਰਾਂਗੇ ਤੇਲ ਗਰਮ ਹੋਣ ਦਾ। ਹਾਂਜੀ ਫਰੈਂਡਸ, ਤੇਲ ਗਰਮ ਹੋ ਚੁੱਕਿਆ। ਹੁਣ ਮੈਂ ਇਸ ਦੇ ਵਿੱਚ ਇੱਕ ਇੱਕ ਕਰਕੇ ਬੈਂਗਣ ਰੱਖਾਂਗੀ। ਹਾਂਜੀ, ਪਹਿਲਾਂ ਆਪਾਂ ਆਹ ਚਾਰ ਬੈਂਗਣਾਂ ਨੂੰ ਤਲਾਂਗੇ ਚੰਗੀ ਤਰ੍ਹਾਂ, ਔਰ ਦੂਜੇ ਚਾਰ ਬੈਂਗਣ ਮੈਂ ਫਿਰ ਦੁਬਾਰਾ ਤਲ ਲਵਾਂਗੀ। ਆਪਾਂ ਨੂੰ ਇਸ ਨੂੰ ਢੱਕਣ ਦੀ ਲੋੜ ਨਹੀਂ ਗੀ। ਹੁਣ ਆਪਾਂ ਇਹਨਾਂ ਨੂੰ ਚੇਂਜ ਕਰਾਂਗੇ, ਇਹਨਾਂ ਦਾ ਪਾਸਾ ਬਦਲਾਂਗੇ, ਆਪਾਂ ਪਲਟਾਂਗੇ ਚਿਮਟੇ ਦੀ ਸਹਾਇਤਾ ਨਾਲ। ਥੋੜ੍ਹਾ ਬਹੁਤ ਮਸਾਲਾ ਬਾਹਰ ਨਿਕਲ ਜਾਂਦਾ, ਇਟਸ ਓਕੇ, ਕੋਈ ਗੱਲ ਨਹੀਂ ਹੁੰਦੀ। ਹੁਣ ਫਿਰ ਆਪਾਂ ਦੂਜੇ ਪਾਸੇ ਵੀ ਇਸਨੂੰ ਸੇਕ ਲਵਾਵਾਂਗੇ ਚੰਗੀ ਤਰ੍ਹਾਂ ਬੈਂਗਣਾਂ ਨੂੰ। ਦੇਖੋ ਫਰੈਂਡਸ, ਆਪਣੇ ਬੈਂਗਣਾਂ ਨੂੰ ਚੰਗੀ ਤਰ੍ਹਾਂ ਸੇਕ ਲੱਗ ਚੁੱਕਿਆ। ਹੁਣ ਮੈਂ ਇਹਨਾਂ ਨੂੰ ਕੱਢ ਲਵਾਂਗੀ ਔਰ ਦੂਜੇ ਬੈਂਗਣ ਵੀ ਮੈਂ ਇਸੇ ਢੰਗ ਨਾਲ ਹੀ ਬਣਾ ਲਵਾਂਗੀ। ਦੇਖੋ ਫਰੈਂਡਸ, ਮੈਂ ਸਾਰੇ ਬੈਂਗਣ ਬਣਾ ਚੁੱਕੀ ਹਾਂ। ਮੇਰੇ ਬੈਂਗਣ ਬਣ ਕੇ ਤਿਆਰ ਨੇ ਔਰ ਬਹੁਤ ਹੀ ਟੇਸਟੀ ਵੀ ਬਣੇ ਨੇ, ਬੜੀ ਪਿਆਰੀ ਖੁਸ਼ਬੂ ਵੀ ਆ ਰਹੀ ਹੈ। ਤੁਸੀਂ ਵੀ ਆਪਣੇ ਘਰ ਇਹ ਰੈਸਿਪੀ ਜ਼ਰੂਰ ਟਰਾਈ ਕਰਨਾ ਔਰ ਮੈਨੂੰ ਕਮੈਂਟ ਕਰਕੇ ਦੱਸਣਾ ਤੁਹਾਨੂੰ ਮੇਰੀ ਰੈਸਿਪੀ ਕਿੱਦਾਂ ਦੀ ਲੱਗੀ। ਔਰ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕ ਯੂ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।